ਅਸਲਾਮੁਆਲੇਕਮ ਜੀ ਸ਼ੁਰੂ ਕਰਦੇ ਆਂ ਅੱਲਾ ਦੇ پاک ਵੱਡੇ ਤੇ ਸੋਹਣੇ ਨਾਂ ਤੂੰ ਤੇ ਫਿਰ ਲੱਖਾਂ ਕਰੋੜਾਂ ਤੇ ਅਰਬਾਂ ਸਲਾਮ ਮੁਹੰਮਦ ਉ ਆਲੇ ਮੁਹੰਮਦ ਤੇ ਤੇ ਉਸ ਤੋਂ ਬਾਅਦ ਫਿਰ ਸਲਾਮਤियां ਤੇ ਖੁਸ਼ੀਆਂ ਤੇ ਨੇਮਤਾਂ ਤੇ ਰਹਿਮਤਾਂ ਦਾ ਨਜ਼ੂਲ ਹੋਵੇ ਮੇਰੇ ਵੇਖਣ ਤੇ ਸੁਣਨ ਵਾਲਿਆਂ ਦੋਸਤਾਂ ਤੇ ਤੇ ਮਿੱਤਰਾਂ ਤੇ ਅੱਜ ਮੈਂ ਤੁਹਾਨੂੰ ਜਿਸ ਰਕਬੇ ਤਾਂ ਲੈ ਕੇ ਜਾ ਰਿਹਾ ਉਹ ਰਕਬਾ ਹੈ ਤਦਦੀ 100 90 ਕਨਾਲ ਤਹਿਸੀਲ ਵਾ ਜ਼िला ਚਕਵਾਲ ਰਕਬਾ ਇਹ ਰੀਸੇਲ ਹੈ 21 ਖੇਵੜ ਦਾ ਰਕਬਾ ਹੈ ਇੰਤਕਾਲ ਕੰਪਿਊਟਰਾਈਜ਼ਡ ਹੈ ਤੇ ਮੌਕਾ ਤੇ ਹਦ ਬਰਾਰੀ ਦੀਆਂ ਬਲੀਆਂ ਮੌਜੂਦ ਨੇ ਤੇ ਸੁਹਾਵਾ ਚਕਵਾਲ ਦੇ ਮੇਨ ਰੋਡ ਤੋਂ ਇਹ ਰਕਬਾ ਜਿਹੜਾ ਉਹ 4 ਕਿਲੋਮੀਟਰ ਤੇ ਕੱਚਾ ਰਾਹ ਜਿਹੜਾ ਹੈ ਉਹ 2 ਕਿਲੋਮੀਟਰ ਹੈ ਤੇ ਕੱਚਾ ਰਸਤਾ ਜਿਹੜਾ ਉਹ ਲੱਠੇ ਤੇ ਪੱਕਾ ਲੱਗਾ ਹੋਇਆ ਹੈ 3 ਕਿਲੋ ਰਾਹ ਹੈ ਤੇ ਇਹ 16 ਫੁੱਟ ਤਕਰੀਬਨ ਬਣਦਾ ਹੈ ਤੇ ਇਹ ਰਸਤਾ ਹੈ ਜਿਸ ਤੋਂ ਤੁਸੀਂ ਗੁਜ਼ਰ ਕੇ ਹੁਣ ਰਕਬੇ ਅਲੀ ਜਾ ਰਹੇ ਹੋ ਤੇ ਕਣਿਆਂ ਤੇ ਸਾਵੇ ਕਿਨਾਰ ਰੁੱਖਾਂ ਵਿੱਚੋਂ ਗੁਜ਼ਰ ਕੇ ਇਹ ਰਸਤਾ ਉਸ ਰਕਬੇ ਅਲੀ ਜਾ ਰਿਹਾ ਹੈ ਤੇ ਇਹਦੇ ਇਰਤ-ਗਿਰਦ ਬਹੁਤ ਸੋਹਣੇ ਸਾਵੇ ਤੇ ਕਿਨਾਰ ਰੁੱਖ ਤੇ ਕਰੂ ਫੁੱਲੇ ਹੋਏ ਆਪਣਾ ਸੁਣਦੇ ਜਮਾਲ ਵਿਖਾਉਂਦੇ ਹੋਏ ਇਸ ਖੂਬਸੂਰਤ ਰਾਤ ਨੂੰ ਗੁਜ਼ਰ ਕੇ ਤੁਸੀਂ ਜਾ ਰਹੇ ਹੋ ਰਕਬੇ ਅੱਲੇ ਤਾਂ ਹੁਣ ਤੁਸੀਂ ਰਕਬੇ ਤੱਕ ਪਹੁੰਚ ਗਏ ਹੋ ਤੇ ਸਭ ਤੋਂ ਪਹਿਲਾਂ ਆਪਣੀ ਸਕਰੀਨ ਤੇ ਜਿਹੜੀ ਤੁਹਾਨੂੰ ਸੀਨ ਨਜ਼ਰ ਆ ਰਿਹਾ ਹੈ ਉਹ ਇਸ ਦਾ ਆਪਣਾ ਡੈਮ ਹੈ ਇਸ ਡੈਮੇਜ ਕਾਫੀ ਪਾਣੀ ਮੌਜੂਦ ਹੈ ਇੱਕ ਕੁਦਰਤੀ ਚਸ਼ਮੇ ਦਾ ਡੈਮ ਹੈ ਤੇ ਇਹਦੇ ਵਿੱਚ ਮੱਛੀ ਵੀ ਮੌਜੂਦ ਹੈ ਤੇ ਇਸ ਦਾ ਜਿਹੜਾ ਗਹਿਰਾਈ ਹੈ ਉਹ 5 ਫੁੱਟ ਤੇ ਮਜ਼ੇ ਦੀ ਗੱਲ ਇਹ ਚੋਂ ਕਿ ਇਹ ਚਸ਼ਮੇ ਤੇ ਬਣਿਆ ਹੋਇਆ ਡੈਮ ਹੈ ਇਸ ਇਸ ਦੇ ਵਿੱਚ ਪੂਰਾ ਸਾਲ ਪਾਣੀ ਮੌਜੂਦ ਰਹਿੰਦਾ ਹੈ ਇਸ ਰਕਬੇ ਦਾ 60% ਜਿਹੜਾ ਹੈ ਉਹ ਪਹਿਲਾਂ ਤੂ ਆਬਾਦ ਹੈ ਤੇ 40% ਜਿਹੜਾ ਹੈ ਉਸ ਨੂੰ ਬਹੁਤ ਆਸਾਨੀ ਦੇ ਨਾਲ ਆਬਾਦ ਕੀਤਾ ਜਾ ਸਕਦਾ ਹੈ ਇਹ ਉਹ ਆਬਾਦ ਜ਼ਮੀਨਾਂ ਨੇ ਜਿਹੜੀਆਂ ਤੁਹਾਡੀ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਹੀਆਂ ਨੇ ਤੇ ਬਾਕੀ ਵੀ ਹੋਣ ਬਿਲਕੁਲ ਡਰੋਨ ਦੇ ਜਿਹੜੇ ਵਿਊ ਨੇ ਉਹ ਤੁਹਾਡੇ ਸਾਹਮਣੇ ਆਣਗੇ ਤੇ ਸਾਰਾ ਰਕਬਾ ਜਿਹੜਾ ਹੈ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਜਾਏਗਾ ਇਹ ਵੇਖੋ ਇਹ ਉਹ ਜ਼ਮੀਨਾਂ ਨੇ ਜਿਹੜੀਆਂ ਪਹਿਲਾਂ ਤੋਂ ਤਿਆਰ ਨੇ ਔਰ ਇਹਨਾਂ ਵਿੱਚ ਤੁਸੀਂ ਬੱਲੇ ਸਾਰੀ ਬਹੁਤ ਆਸਾਨੀ ਦੇ ਨਾਲ ਆਪਣੀ ਵਾਈਬੀਜੀ ਕਰਕੇ ਤੇ ਤੁਸੀਂ ਆਪਣੇ ਕੰਮ ਦਾ ਆਗਾਜ਼ ਕਰ ਸਕਦੇ ਹੋ ਤੇ ਇਹ ਉਹ ਡੈਮ ਹੈ ਜਿੱਦਾ ਪਾਣੀ ਸਾਨੂੰ ਹੁਣ ਨਜ਼ਰ ਆ ਰਿਹਾ ਤੇ ਨਾਲ ਤੁਸਾਂ ਨੂੰ ਕਾਫੀ ਮਿਕਦਾਰ ਵਿੱਚ ਪੌਦੇ ਵੀ ਨਜ਼ਰ ਆ ਰਹੇ ਹੋਣਗੇ ਇਸ ਦੇ ਅੰਦਰ ਸ਼ੀਸ਼ਮ ਦੇ ਦਰਖਤ ਤੇ ਬਾਕੀ ਸਾਰੇ ਦਰਖਤ ਵੀ ਕਾਫੀ ਤਾਦਾਦ ਵਿੱਚ ਮੌਜੂਦ ਨੇ ਤੁਸਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਮਸਲਾ ਔਰ ਪਰੇਸ਼ਾਨੀ ਨਹੀਂ ਹੋਵੇਗੀ ਡੈਮ ਦਾ ਆਪਣਾ ਰਾਇ ਔਰ ਰਸਤੇ ਦੇ ਨਾਲ ਇਹ ਸਾਰਾ ਰਕਬਾ ਜਿਹੜਾ ਉਹ ਮੌਜੂਦ ਹੈ ਤੇ ਇਹ ਉਹ ਖੇਤਰ ਨੇ ਜਿਹੜੇ ਬਿਲਕੁਲ ਮੁਕੰਮਲ ਤੌਰ ਤੇ ਤਿਆਰ ਨੇ ਤੇ ਬਾਕੀ ਜਗ੍ਹਾ ਨੂੰ ਤੁਸੀਂ ਬਹੁਤ ਆਸਾਨੀ ਦੇ ਨਾਲ ਤਿਆਰ ਕਰ ਸਕਦੇ ਹੋ ਔਰ ਮਜ਼ੇ ਦੀ ਗੱਲ ਇਹ ਵੇ ਕਿ ਇਹ ਸਾਰਾ ਬਹੁਤ ਹੀ ਅਲਾ ਕੁਆਲਿਟੀ ਦੀ ਮਿੱਟੀ ਤੇ ਮੁਸ਼ਤਮਿਲ ਰਕਬਾ ਹੈ ਇਸ ਰਕਬੇ ਵਿੱਚ ਤੁਹਾਨੂੰ ਪੱਥਰ ਕਿਸੇ ਜਗ੍ਹਾ ਤੇ ਨਜ਼ਰ ਨਹੀਂ ਆਵੇਗਾ ਬਹੁਤ ਖੂਬਸੂਰਤ ਰਕਬਾ ਹੈ ਇਹ ਸਾਰੀ ਮਿੱਟੀ ਹੈ ਔਰ ਇੰਤਹਾਈ ਜ਼ਰਖੇਜ਼ ਮਿੱਟੀ ਹੈ ਬਿਲਕੁਲ ਤੁਸੀਂ ਆਪਣੀ ਸਕਰੀਨ ਤੇ ਇਹ ਸਾਰੀਆਂ ਚੀਜ਼ਾਂ ਵੇਖ ਰਹੇ ਹੋ ਔਰ ਇਹ ਸਾਰੇ ਰਕਬੇ ਦੇ ਵਿੱਚ ਇੱਕ ਮਰਲਾ ਵੀ ਸ਼ਾਮਲਾਤ ਦਾ ਸ਼ਾਮਿਲ ਨਹੀਂ ਇਹ ਸਾਰੀ ਮਲਕੀਤੀ ਜਗਾ ਹੈ ਔਰ ਤੁਸਾਨੂੰ ਸਾਹਮਣੇ ਇਹ ਨਜ਼ਰ ਆ ਰਹੀ ਹੈ ਜਗਾ ਇਹਦੇ ਵਿੱਚ ਪੌਦੇ ਲੱਗੇ ਹੋਏ ਤੁਹਾਨੂੰ ਨਜ਼ਰ ਆ ਰਹੇ ਔਰ ਕਬਲੇ ਕਾਸ਼ਤ ਰਕਬਾ ਜਿਹੜਾ ਉਹ ਵੀ ਤੁਹਾਨੂੰ ਨਜ਼ਰ ਆ ਰਿਹਾ ਐ ਤੁਸੀਂ ਵੇਖ ਲਓ ਆਪਣੀ ਸਕਰੀਨ ਤੇ ਬਹੁਤ ਹੀ ਖੂਬਸੂਰਤ ਤੇ ਬੜਾ ਆਲਾ ਰਾਇ ਇਹਨੂੰ ਬਹੁਤ ਆਸਾਨੀ ਨਾਲ ਸਾਰੇ ਰਕਬੇ ਨੂੰ ਆਬਾਦ ਕੀਤਾ ਜਾ ਸਕਦਾ ਹੈ ਇਹ ਉਹ ਸ਼ਿਸ਼ਮ ਦੇ ਦਰਖਤ ਨੇ ਜਿਹੜੇ ਤੁਹਾਨੂੰ ਬਿਲਕੁਲ ਆਪਣੇ ਸਾਹਮਣੇ ਨਜ਼ਰ ਆ ਰਹੇ ਨੇ ਤੇ ਵੇਖਣ ਵਾਲੀ ਚੀਜ਼ ਹੈ ਵੇ ਕਿ ਤੁਸੀਂ ਕਿਤਨੇ ਚੱਜ ਤੇ ਕਿੰਨਿਆਂ ਵਸਬਾਂ ਨਾਲ ਇਹ ਕੰਮ ਕਰ ਸਕਦੇ ਹੋ ਤੁਹਾਡੇ ਸੋਚਣ ਦਾ ਅੰਦਾਜ਼ ਕੀ ਹੈ ਤੇ ਤੁਸੀਂ ਕਿਸ زاਵੀਏ ਤੂੰ ਆਪਣੀ ਮਤਲੂਬਾ ਚੀਜ਼ ਨੂੰ ਵੇਖ ਰਹੇ ਹੋ ਜ਼ਿਮੇਂਦਾਰੀ ਤਾਂ ਪਾਲਾ ਵੀ ਹੁੰਦੀ ਪਈਏ ਬਾਗ ਵੀ ਪਹਿਲਾਂ ਲੱਗੇ ਹੋਏ ਨੇ ਪਰ ਜੇ ਪਤਾਵਾਰ ਸਿਰਫ ਖਰਚਾ ਕੱਢਦੀ ਪਈ ਹੋਵੇ ਤੇ ਵਾਧੂ ਆਮਦਨ ਨਾ ਹੋਵੇ ਤੇ ਫਿਰ ਲੱਕ ਸਦਾ ਨੇ ਜੀ ਹੁੰਦਾ ਸਵਾਦ ਤਾਂ ਹੈ ਜੇ ਪੈਦਾਵਾਰੀ ਆਮਦਨ ਸਾਰੇ ਖਰਚੇ ਕੱਢੇ ਤੇ ਨਾਲ ਤੁਹਾਡਾ ਲੱਕ ਵੀ ਸਿੱਧਾ ਕਰੇ ਤੋਂ ਐਸੀ ਸੂਰਤ ਵਿੱਚ ਮਮਕਨ ਹੈ ਕਿ ਨਜ਼ਦੀਕ ਪਾਣੀ ਵੀ ਮੌਜੂਦ ਹੋਵੇ ਜਗਾ ਵੀ ਅੱਛੀ ਹੋਵੇ ਤੇ ਚੰਗੇ ਰਕਬੇ ਨਾਲ ਫਿਰ ਕੰਮ ਵੀ ਚੰਗਾ ਪਾਇਆ ਜਾਏ ਤੇ ਉਸ ਕੋ ਲੂ ਇੱਕ ਵਕਤ ਵਿੱਚ ਘੱਟ ਤੋਂ ਘੱਟ ਮੌਸਮ ਤੇ ਤਿੰਨ ਫਸਲਾਂ ਕਮ ਇਸ ਕਮ ਲਈਆਂ ਵਜੋਂ ਇਸ ਰਕਬੇ ਦੀ ਤੁਸੀਂ 1 ਇੰਚ ਕਰ ਸਕਦੇ ਹੋ ਬਈ ਮਾਕੂਲ ਤੇ ਮناسب ਵਕਫੇ ਤੇ ਦਰਖਤ ਲੱਗੇ ਹੋਣ ਤੇ ਉਹਨਾਂ ਨੂੰ ਉਹਨਾਂ ਕੋ ਲੂ ਸਾਲਚ ਫਲ ਵੀ ਲਿਆ ਵੰਜੇ ਤੇ ਉਹਨਾਂ ਦੇ ਥੱਲੇ ਦੂਸਰੀ ਫਸਲ ਕਾਸ਼ਤ ਕਰਕੇ ਉਸ ਕੋ ਲੂ ਵੀ ਪੈਦਾਵਾਰ ਲਈ ਵੰਜੇ ਚੁਕਿ ਇਹ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਤੁਸੀਂ ਇਹ ਕੰਮ ਬਹੁਤ ਆਸਾਨੀ ਨਾਲ ਕਰ ਸਕਦੇ ਹੋ ਇਹ ਔਰ ਰਕਬਾ ਹੈ ਡੈਮ ਦੇ ਨਾਲ ਜਿਹੜਾ ਤਿਆਰ ਹੈ ਇੱਥੇ ਤੁਸੀਂ ਸਬਜ਼ੀਆਂ ਬਹੁਤ ਆਲਾ ਤਰੀਕੇ ਨਾਲ ਕਾਸ਼ਤ ਕਰ ਸਕਦੇ ਹੋ ਇਹ ਜੀ ਜ਼ਮੀਨ ਤੁਹਾਨੂੰ ਕਿਸੇ ਜਗ੍ਹਾ ਤੇ ਹੋਰ ਨਜ਼ਰ ਨਹੀਂ ਆਵੇਗੀ ਮੈਂ ਤੁਹਾਨੂੰ ਇਸ ਰਕਬੇ ਦਾ ਰੇਟ ਦੱਸ ਦਵਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨਾ ਖੂਬਸੂਰਤ ਰਕਬਾ ਇੰਨਾ ਸੋਹਣਾ ਰਕਬਾ ਜਿਸ ਵਿੱਚ ਡੈਮ ਵੀ ਮੌਜੂਦ ਹੈ ਕਾਬਲੇ ਕਾਸ਼ਤ ਜਗਾ ਵੀ ਮੌਜੂਦ ਹੈ ਬਾਕੀ ਵੀ ਸਾਰੀ ਜਗਾ ਕਾਬਲੇ ਕਾਸ਼ਤ ਬੜਾਈ ਜਾ ਸਕਦੀ ਹੈ ਬਹੁਤ ਹੀ ਸੋਹਣਾ ਰਕਬਾ ਹੈ ਤੁਸੀਂ ਇਹਦਾ ਰੇਟ ਸੁਣੋਗੇ ਤੇ ਤੁਸੀਂ ਹੈਰਾਨ ਤੇ ਪਰੇਸ਼ਾਨ ਹੋ ਜਾਓਗੇ ਇਸ ਦਾ ਰੇਟ ਜਿਹੜਾ ਉਹ ਮਾਲਕ ਪੇ ਮੰਗਦੇ ਨੇ 85000 ਰੁਪਿਆ ਫੀ ਕਨਾਲ ਰੇਟ ਇਹਦਾ 85000 ਰੁਪਿਆ ਫੀ ਕਨਾਲ ਔਰ ਇਹ ਫਾਈਨਲ ਰੇਟ ਹੈ ਸਾਡੇ ਕੋਲ ਹੋਰ ਵੀ ਹਰ ਕਿਸਮ ਦੇ ਜ਼ਰੀ ਤੇ ਕਮਰਸ਼ਲ ਰਕਬੇ ਮੌਜੂਦ ਨੇ ਤੁਸੀਂ ਇਸ ਸਵਾਲੇ ਨਾਲ ਸਾਡੀ ਟੀਮ ਨਾਲ ਕਿਸੇ ਵੇਲੇ ਵੀ ਰਾਬਤਾ ਕਰ ਸਕਦੇ। ਮੈਨੂੰ ਦਿਓ ਇਜਾਜ਼ਤ ਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬਸ ਤੇ ਨਾਲੇ ਕਰੋ ਪਸੰਦ ਤੇ ਨਾਲੇ ਸੰਗੀਆਂ ਵਿੱਚ ਖੰਡਾਰੋ ਤੇ ਵੰਡੋ ਤੇ ਯਾਦ ਰੱਖਣ ਵਾਲੀ ਗੱਲ ਇਹ ਆ ਕਿ ਇਹ ਜਿਹੜਾ ਇਹਦਾ ਬੈਲ ਆਈਕਨ ਹੈ ਇਹ ਜਿਹੜੀ ਟੱਲੀ ਜੀ ਬਣੀ ਤੁਹਾਨੂੰ ਨਜ਼ਰ ਆਉਂਦੀ ਪਈਏ ਇਹਨੂੰ ਦਬਾਓ ਤਾਂ ਜੇ ਸਾਡੇ ਸਾਰੇ ਪ੍ਰੋਗਰਾਮ ਜਿਹੜੇ ਉਹ ਟ੍ਰੈਨ ਕਰਕੇ ਫੌਰਨ ਤੁਹਾਡੇ ਕੋਲ ਪਹੁੰਚ ਜਾਣ ਤੇ ਤੁਸੀਂ ਕਿਸਾ ਅੱਛੇ ਰੱਖਵੇ ਤੂੰ ਮਹਿਰੂਮ